ਸਰੌਤ ਪਿੰਡ 'ਚ ਆਏ ਹਾਂ ਭਾਈ, ਤੁਸੀਂ ਆਪ ਹੀ ਉੱਥਾਂ ਦੇਖ ਲਓ, ਮੇਰਾ ਖਿਆਲ ਸਾਰਾ ਹੀ ਪਿੰਡ ਇੱਥੇ ਬੈਠਾ। ਸਾਰੇ ਲੋਕ ਮੋਦੀ ਨੂੰ ਹਟਾਉਣਾ ਚਾਹੁੰਦੇ ਆ, ਉਹਨਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਇੱਕ ਪਾਰਟੀ ਆ ਜਿਹੜੀ ਮੋਦੀ ਨੂੰ ਹਟਾ ਸਕਦੀ ਆ। ਸਭ ਲੋਕ ਕਹਿ ਰਹੇ ਕਿ ਫਿਕਰ ਨਾ ਕਰੋ, ਅਸੀਂ ਕਾਂਗਰਸ ਨੂੰ ਵੋਟ ਪਾਏ। ਡਾਕਟਰ ਅਮਰ ਸਿੰਘ ਜੀ ਨੇ ਜਿਹੜੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਚੋਣ ਪ੍ਰਚਾਰ ਲਗਾਤਾਰ ਦਿਨ ਰਾਤ ਕਰ ਰਹੇ ਨੇ ਅਤੇ ਅੱਜ ਅਮਰਗੜ੍ਹ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਜਿਹੜਾ ਤੂਫਾਨੀ ਦੌਰਾ ਕਰ ਰਹੇ ਨੇ, ਗੱਲਬਾਤ ਕਰਾਂਗੇ ਸਰ, ਕੀ ਕਹੋਗੇ, ਕਿੰਨਾ ਕੁ ਜਿਹੜਾ ਉਤਸਾਹ ਹੈਗਾ ਫਤਿਹਗੜ੍ਹ ਸਾਹਿਬ ਦੇ ਵਿੱਚ? ਦੇਖੋ, ਆ ਸਰੌਤ ਪਿੰਡ 'ਚ ਆਏ ਹਾਂ ਭਾਈ, ਤੁਸੀਂ ਆਪ ਹੀ ਉਤਸਾਹ ਦੇਖ ਲਓ, ਮੇਰਾ ਖਿਆਲ ਸਾਰਾ ਹੀ ਪਿੰਡ ਇੱਥੇ ਬੈਠਾ। ਔਰ ਇੰਨੀ ਗਰਮੀ ਆ, ਕਿਉਂ ਜੀ, ਲੂ ਚੱਲ ਰਹੀ ਆ, ਫਿਰ ਵੀ ਲੋਕ ਬੈਠੇ ਆ। ਇਸ ਕਰਕੇ ਬੈਠੇ ਆ ਕਿਉਂਕਿ ਸਾਰੇ ਲੋਕ ਮੋਦੀ ਨੂੰ ਹਟਾਉਣਾ ਚਾਹੁੰਦੇ ਆ, ਉਹਨਾਂ ਨੂੰ ਪਤਾ ਕਿ ਕਾਂਗਰਸ ਪਾਰਟੀ ਇੱਕ ਪਾਰਟੀ ਆ ਜਿਹੜੀ ਮੋਦੀ ਨੂੰ ਹਟਾ ਸਕਦੀ ਹੈ। ਮੇਰੇ ਬਾਰੇ ਪਤਾ ਕਿ ਇਹ ਯੋਧਾ ਵਾ, ਇਹ ਇਮਾਨਦਾਰ ਆਦਮੀ ਆ, ਔਰ ਇਹਨੇ ਪਾਰਲੀਮੈਂਟ 'ਚ ਬੀਜੇਪੀ ਨਾਲ ਲੜਾਈ ਕੀਤੀ ਆ, ਮੋਦੀ ਨਾਲ ਲੜਾਈ ਕੀਤੀ ਆ, ਔਰ ਜਿੰਨੇ ਕੁ ਅਪੋਜੀਸ਼ਨ ਦਾ ਐਮ ਪੀ ਹੋ ਕੇ ਜਿੰਨੇ ਕੁ ਮੈਂ ਕੰਮ ਕਰਾ ਸਕਿਆ ਉਹ ਵੀ ਕਰਾ ਕੇ ਦਿੱਤੇ ਆ। ਲੇਕਿਨ ਸਰਕਾਰ ਬਣ ਜੂਗੀ ਤਾਂ ਫਿਰ ਕੰਮਾਂ ਦੀ ਕੋਈ ਸੀਮਾ ਨਹੀਂ ਹੈਗੀ। ਬਹੁਤ ਅੱਛਾ ਮੈਂ ਕਹੂੰਗਾ ਰਿਸਪੋਂਸ ਹੈ, ਬਹੁਤ ਇਹਨਾਂ ਦੀ, ਤਾਂ ਹੀ ਹੁਣ ਮਿਲਣਾ ਹੈ, ਸਭ ਨੂੰ ਪੁੱਛ ਰਿਹਾ, ਸਭ ਲੋਕ ਕਹਿ ਰਹੇ ਕਿ ਫਿਕਰ ਨਾ ਕਰੋ, ਅਸੀਂ ਕਾਂਗਰਸ ਨੂੰ ਵੋਟ ਪਾਏ। ਕੀ ਗਰੰਟੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਲੋਕਾਂ ਨੂੰ ਦੇ ਰਹੇ ਹੋ ਜੀ? ਦੇਖੋ, ਗਰੰਟੀਆਂ ਤਾਂ ਇਹ ਆ, ਦੇਖੋ ਇੱਕ ਤਾਂ ਉਹ ਮੈਂ ਕਹਿਣਾ ਭੁੱਲ ਗਿਆ ਬਈ, ਮਾਫ਼ੀ ਚਾਹੁੰਦਾ ਕਿ ਇੱਕ ਤਾਂ ਗਰੰਟੀ ਆ ਜਿਹੜਾ ਮੋਦੀ ਨੇ 10 ਸਾਲ ਕਿਸਾਨਾਂ ਨੂੰ ਘੁਮਾ ਕੇ ਰੱਖਿਆ, ਉਹ ਅਸੀਂ ਕਾਨੂੰਨ ਬਣਾ ਕੇ MSP ਦੇ ਦੇਣੀ ਆ, ਸਵਾਮੀਨਾਥਨ ਫਾਰਮੂਲੇ 'ਤੇ ਕਾਨੂੰਨ ਬਣਾਵਾਂਗੇ, ਉਹ ਕੰਮ ਹੀ ਖਤਮ ਕਰ ਦੇਣਾ, ਕਿਉਂਕਿ 10 ਸਾਲ ਹੋ ਗਏ, ਰੋਜ਼ ਕਹੀ ਜਾਂਦਾ ਮੈਂ ਕਰ ਦੂੰਗਾ, ਅਸੀਂ ਕਰਕੇ ਦੇ ਦਿਆਂਗੇ। ਦੂਸਰਾ ਹੈਗਾ ਕਿ ਜਿਹੜਾ ਨਰੇਗਾ ਦੇ ਮਜ਼ਦੂਰ ਆ ਉਹਨਾਂ ਦੀ 400 ਰੁਪਈਆ ਰੋਜ਼ ਮਜ਼ਦੂਰੀ ਕਰਾਂਗੇ, 150 ਦਿਨ ਕਰਾਂਗੇ ਸਰਕਾਰ ਬਣਨ 'ਤੇ। ਤੀਸਰਾ ਜਿਹੜਾ ਹੈਗਾ ਕਿ ਜਿਹੜੇ ਨੌਜਵਾਨ ਆ ਉਹਨਾਂ ਦੀ ਜਿਹੜੀਆਂ ਨੌਕਰੀਆਂ ਦਾ ਵਾ, 30 ਲੱਖ ਨੌਕਰੀਆਂ, ਸਰਕਾਰ ਦੀਆਂ ਨੌਕਰੀਆਂ ਸਾਡੀ ਸਰਕਾਰ ਬਣਨ 'ਤੇ ਤਤਕਾਲ ਉਹ ਭਰਤੀ ਸ਼ੁਰੂ ਕਰ ਦੇਣੀ ਆ 30 ਲੱਖ ਦੀ। ਔਰ ਜਿਹੜੀ ਇਹਨਾਂ ਨੇ ਆ ਅਗਨੀਵੀਰ ਸਕੀਮ ਕੀਤੀ ਆ ਕੱਚੇ ਆਰਮੀ ਵਾਲੇ, ਉਹ ਨਹੀਂ ਅਸੀਂ ਕਰਨੇ, ਉਹ ਬੰਦ ਕਰਕੇ ਜਿਹੜੀ ਪੁਰਾਣੀ ਭਰਤੀ ਆ ਆਰਮੀ ਦੀ ਪੈਨਸ਼ਨ ਵਾਲੀ ਉਹ ਸ਼ੁਰੂ ਕਰਾਂਗੇ। ਔਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੂੰ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲ ਸਕੂਗੀ, ਉਹਨਾਂ ਨੂੰ 1 ਲੱਖ ਰੁਪਈਏ ਦਾ ਵਜ਼ੀਫਾ ਦੇਵਾਂਗੇ, ਟ੍ਰੇਨਿੰਗ ਕਰਾ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਐਡਜਸਟ ਕਰਾਵਾਂਗੇ। ਔਰ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਮਹਿੰਗਾਈ ਨਾਲ ਲੜਾਈ ਕਰਨ ਲਈ 1 ਲੱਖ ਰੁਪਈਆ ਉਹਨਾਂ ਨੂੰ ਵੀ ਦੇਵਾਂਗੇ। ਕੇਂਦਰ ਸਰਕਾਰ ਦਾ ਬਜਟ ਬਹੁਤ ਵੱਡਾ, ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਉਹਦੇ 'ਚ। ਔਰ ਮੋਦੀ ਨੇ ਪਿਛਲੇ 10 ਸਾਲ ਤੋਂ ਅਮੀਰਾਂ ਨੂੰ ਹੀ ਸਾਰਾ ਬਜਟ ਲੁਟਾਇਆ, ਅਸੀਂ ਉਹ ਨੀਤੀ ਬਦਲ ਕੇ ਕਿਸਾਨਾਂ ਵੱਲ, ਗਰੀਬਾਂ ਵੱਲ, ਮਜ਼ਦੂਰਾਂ ਵੱਲ, ਨੌਜਵਾਨਾਂ ਵੱਲ ਬਜਟ ਲੈ ਕੇ ਆਉਣਾ। ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਇਹ ਡਾਕਟਰ ਅਮਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਕਿਹੜੀਆਂ ਜਿਹੜੀਆਂ ਗਰੰਟੀਆਂ ਨੇ ਉਹ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਮਲੇਰਕੋਟਲਾ ਤੋਂ ਜਮੀਲ ਖੇੜੀਵਾਲਾ।